ਸੱਚ ਤੇ ਝੂਠ ਦੀ ਗੱਲ ਹੋ ਰਹੀ ਸੀ। ਕਹਿੰਦੇ ਨੇ ਕਿ ਸਭ ਤੋਂ ਵੱਡਾ ਝੂਠ ਹੈ ਜਦੋਂ ਪਤਨੀ ਆਪਣੀਆਂ ਸਹੇਲੀਆਂ ਨੂੰ ਇਹ ਕਹਿੰਦੀ ਹੈ ਮੈਂ ਪਤੀ ਨੂੰ ਪੁੱਛ ਕੇ ਦੱਸਾਂ, ਤੇ ਉਸ ਤੋਂ ਵੀ ਵੱਡਾ ਝੂਠ ਹੈ ਜਦੋਂ ਪਤੀ ਆਪਣੇ ਦੋਸਤਾਂ ਨੂੰ ਕਹਿੰਦਾ ਲੈ ਪਤਨੀ ਨੂੰ ਕੀ ਪੁੱਛਣਾ। ਇੱਕ ਜਵਾਈ ਜਦੋਂ ਸਹੁਰੇ ਘਰੋਂ ਜਾਣ ਲੱਗਿਆ ਨਾ ਤੇ ਸੱਸ ਨੂੰ ਮੱਥਾ ਟੇਕਿਆ ਤੇ ਕਹਿੰਦਾ ਕਿ ਤੁਹਾਡੀ ਬੇਟੀ ਵਿੱਚ ਹਜ਼ਾਰਾਂ ਕਮੀਆਂ ਨੇ, ਤੁਹਾਡੀ ਬੇਟੀ ਵਿੱਚ ਹਜ਼ਾਰਾਂ ਕਮੀਆਂ ਨੇ। ਸੱਸ ਨੇ ਵੀ ਆਸ਼ੀਰਵਾਦ ਦੇ ਦਿੱਤਾ, ਕਹਿੰਦੀ ਬੇਟਾ ਇਸੇ ਕਰਕੇ ਹੀ ਉਹਨੂੰ ਚੰਗਾ ਪਤੀ ਨਹੀਂ ਮਿਲਿਆ। ਅੱਛਾ ਜੀ, ਮੈਂ ਹੁਣ ਇਹ ਦੱਸਣਾ ਚਾਹੁੰਦਾ ਕਿ ਆਪਾਂ ਕੈਨੇਡਾ ਵਿੱਚ ਆਏ ਹਾਂ, ਇੱਥੇ ਸਾਰੇ ਕਹਿੰਦੇ ਸੱਤ ਸਮੁੰਦਰੋਂ ਪਾਰ ਕੈਨੇਡਾ ਦੇ ਗੁਣ ਗਾ ਰਿਹਾ, ਕੋਈ ਹਿੰਦੁਸਤਾਨ ਦੇ ਗੁਣ ਗਾ ਰਿਹਾ, ਕਿ ਹੁੰਦਾ ਤਾਂ ਉਹੀ ਹੈ ਜੋ ਇੱਥੇ ਹੋਣਾ, ਜੋ ਜਿਵੇਂ ਹੋਣਾ। ਇੱਥੇ ਗੋਰਿਆਂ ਨਾਲ ਕੰਮ ਕਰੀਦਾ, ਗੋਰੀਆਂ ਨਾਲ ਕੰਮ ਕਰੀਦਾ, ਉਹ ਫਿਰ ਵਟਾਂਦਰੇ ਕਰਦੇ ਨੇ। ਉਹ ਇੱਕ ਕਹਿੰਦਾ ਤੇ ਅਸੀਂ ਤਾਂ ਸਿਰਫ ਕ੍ਰਿਸਮਿਸ ਡੇ ਮਨਾਉਂਦੇ ਹਾਂ। ਯਾਰ ਤੁਹਾਡਾ ਬੜਾ, ਤੁਸੀਂ ਵਿਸਾਖੀ ਵੀ ਮਨਾਉਂਦੇ ਹੋ, ਦੀਵਾਲੀ ਵੀ ਮਨਾਉਂਦੇ ਹੋ, ਹੋਲੀ ਵੀ ਮਨਾਉਂਦੇ ਹੋ, ਕਈ ਕੁਛ ਮਨਾਉਂਦੇ ਹੋ, ਮੈਨੂੰ ਇਹ ਦੱਸ ਵੀ ਤੇਰਾ ਕਿਹੜਾ ਵੱਡਾ ਤਿਉਹਾਰ ਹੈ, ਤੂੰ ਕੀ ਮਨਾਉਂਦਾ? ਕਹਿੰਦਾ ਮੇਰਾ ਸਭ ਤੋਂ ਵੱਡਾ ਤਿਉਹਾਰ ਹੈਗਾ ਮੇਰੀ ਘਰ ਵਾਲੀ, ਮੈਂ ਹਫਤੇ ਚ 3-4 ਵਾਰੀ ਉਹਨੂੰ ਮਨਾਉਂਦਾ। ਥੈਂਕ ਯੂ ਸੋ ਮਚ, ਖੁਸ਼ ਰਹੋ, ਹੱਸਦੇ ਰਹੋ।